ਬਿਗ ਬਾਸ ਓਟੀਟੀ ਇਹਨੇ ਦਿਨੀ ਹਰ ਪਾਸੇ ਛਾਇਆ ਹੋਇਆ ਦੱਸਦਾ ਇਹ ਕਿ ਸ਼ੋਅ ਦੇ ਵਿੱਚ ਪਹਿਲੀ ਵਾਰ ਸਖਸ਼ ਆਪਣੀਆਂ ਦੋ ਪਤਨੀਆਂ ਦੇ ਨਾਲ ਕੰਟੈਸਟੈਂਟਸ ਬਣ ਪੁੱਜਿਆ ਜੀ ਹਾਂ ਦਰਸਲ ਇੱਥੇ ਯੂਟਿਊਬਰ ਅਰਮਾਨ ਮਲਿਕ ਦੀ ਗੱਲ ਹੋ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇਹ ਆਪਣੀਆਂ ਦੋਨੋਂ ਪਤਨੀਆਂ ਦੇ ਨਾਲ ਛੋਹ ਦੇ ਵਿੱਚ ਟਾਕਲੇ ਹੋਇਆ ਆਪਣੀ ਪਤਨੀ ਪਾਇਲ ਤੇ ਕ੍ਰਿਤਿਕਾ ਦੇ ਨਾਲ ਛੋਹ ਦਾ ਹਿੱਸਾ ਬਣ ਗਿਆ ਹਾਲਾਂਕਿ ਯੂਟਿਊਬਰ ਦੀ ਪਤਨੀ ਪਾਇਲ ਮਲਿਕ ਦਾ ਸਫ਼ਰ ਖਤਮ ਹੋ ਗਿਆ ਬਿਗ ਬਾਸ OTT ਤਿੰਨ ਦੇ ਘਰ ਵਿੱਚ ਆਪਣੀਆਂ ਦੋ ਪਤਨੀਆਂ ਦੇ ਨਾਲ ਐਂਟਰੀ ਕਰਨ ਵਾਲਾ ਅਰਮਾਨ ਮਲਿਕ ਗੇਮ ਸ਼ੋਅ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨਾਲ ਹੀ ਬਿਗ ਬਾਸ ਦੇ ਘਰ ਦੇ ਅੰਦਰ ਅਤੇ ਬਾਹਰ ਅਰਮਾਨ ਦੀ ਪਹਿਲੀ ਪਤਨੀ ਪਾਇਲ ਤੋਂ ਸਿਰਫ ਇੱਕ ਹੀ ਸਵਾਲ ਪੁੱਛਿਆ ਜਾ ਰਿਹਾ ਹੈ ਉਹ ਸਵਾਲ ਇਹ ਹੈ ਕਿ ਪਾਇਲ ਨੇ ਉਸ ਨਾਲ ਧੋਖਾ ਕਰਨ ਵਾਲੇ ਆਪਣੇ ਪਤੀ ਨੂੰ ਕਿਉਂ ਮਾਫ ਕੀਤਾ ਜਾਂ ਇਸ ਤੇ ਜਵਾਬ ਹੁਣ ਪਾਇਲ ਨੇ ਦਿੱਤਾ ਹੈ 빅 ਬੌਸ ਦੇ ਘਰ ਤੋਂ ਬਾਹਰ ਹੁਣ ਤੋਂ ਬਾਅਦ ਇੱਕ ਖਾਸ ਗੱਲਬਾਤ ਦੌਰਾਨ ਪਾਇਲ ਨੇ ਦੱਸਿਆ ਹੈ ਕਿ ਉਸਨੇ ਧੋਖਾ ਦੇਣ ਦੇ ਬਾਵਜੂਦ ਆਪਣੇ ਪਤੀ ਦੇ ਅਪਰਾਧ ਨੂੰ ਆਖਿਰਕਾਰ ਕਿਉਂ ਮਾਫ ਕੀਤਾ ਇਸ ਦਾ ਪਿੱਛੇ ਕੀ ਕਾਰਨ ਸੀ ਪਾਲ ਮਲਿਕ ਨੇ ਕਿਹਾ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਹੋਇਆ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਸੀ ਅਤੇ ਮੈਨੂੰ ਅਰਮਾਨ ਜੀ ਦੇ ਪਾਇਲ ਦੇ ਨਾਲ ਵਿਆਹ ਨੂੰ ਸਵੀਕਾਰ ਕਰਨ ਦੇ ਵਿੱਚ ਇੱਕ ਦਿਨ ਨਹੀਂ ਸਕੋ ਇੱਕ ਸਾਲ ਲੱਗਾ ਮੈਂ ਆਪਣੇ ਪਤੀ ਨੂੰ ਛੱਡ ਚੁੱਕੀ ਸੀ ਜਦੋਂ ਉਸਨੇ ਕ੍ਰਿਤਿਕਾ ਦੇ ਨਾਲ ਤੂਚਾ ਫਿਆ ਕਰਵਾਇਆ ਸੀ ਕਿਉਂਕਿ ਕਿਸੇ ਵੀ ਔਰਤ ਲਈ ਆਪਣੇ ਪਤੀ ਨੂੰ ਸਾਂਝਾ ਕਰਨਾ ਕੋਈ ਆਸਾਨ ਗੱਲ ਨਹੀਂ ਹੁੰਦੀ ਹੈ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦੇ ਵਿੱਚ ਮੈਨੂੰ ਇੱਕ ਸਾਲ ਦਾ ਸਮਾਂ ਲੱਗਾ ਉਸ ਨੇ ਵੀ ਕਿਹਾ ਉਸਨੇ ਕਿਹਾ ਕਿ ਇਸ ਦੇ ਸਭ ਤੋਂ ਵੱਡਾ ਕਾਰਨ ਮੈਨੂੰ ਮੇਰਾ ਬੇਟਾ ਲੱਗਿਆ ਔਰਮਾਨ ਆਪਣੇ ਪੁੱਤਰ ਦੇ ਪਿਆਰ ਲਈ ਤਰਸ ਗਏ ਸਨ ਅਤੇ ਮੇਰਾ ਪੁੱਤਰ ਚਿਕੂ ਆਪਣੇ ਪਿਤਾ ਦੇ ਪਿਆਰ ਤੇ ਲਈ ਤਰਸਦਾ ਸੀ ਮੈਂ ਵੀ ਔਰਮਾਨ ਜੀ ਨੂੰ ਬਹੁਤ ਪਿਆਰ ਕਰਦੀ ਆ ਪਾਲ ਨੇ ਅੱਗੇ ਇਹ ਵੀ ਕਿਹਾ ਕਿ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦਾ ਦੂਜਾ ਕਾਰਨ سپورਟ ਸੀ ਮੈਨੂੰ ਨਾ ਤਾਂ ਮੇਰੇ ਪਰਿਵਾਰ ਦਾ ਸਹਾਰਾ ਸੀ ਰਾਹੀ ਕੋਈ ਹੋਰ ਭਾਵਨਾਤਮਕ ਸਹਾਰਾ ਮੈਨੂੰ ਮਿਲਿਆ ਮਾਇਰਤਿਕ ਤੌਰ ਤੇ ਸਮਰਥ ਵੀ ਨਹੀਂ ਸੀ ਮੇਰੇ ਬੇਟੇ ਦੀ ਜ਼ਿੰਮੇਵਾਰੀ ਸਿਰਫ ਇਸ طرف ਮੇਰੇ ਮੋਢਿਆਂ ਤੇ ਸੀ ਇਸ ਲਈ ਮੈਂ ਆਰਮਾਨ ਜੀ ਨੂੰ ਮਾਫ ਕਰ ਦਿੱਤਾ ਅਸੀਂ ਲੰਬੀ ਗੱਲਬਾਤ ਕੀਤੀ ਹੈ ਤੇ ਫਿਰ ਮੈਂ ਉਸ ਦੇ ਕੋਲ ਜਾਣ ਦਾ ਫੈਸਲਾ ਕਰ ਲਿਆ ਅੱਜ ਗੋਲੂ ਆਰਮਾਨ ਮਲਿਕ ਕ੍ਰਿਤਿਕਾ ਮਲਿਕ ਅਤੇ ਮੈਂ ਇੱਕ ਦੂਜੇ ਨੂੰ ਪਿਆਰ ਮੰਗ ਪਿਆਰ ਕਰਦੇ ਹਾਂ ਉਸ ਤੇ ਵੀ ਦੱਸਿਆ ਕਿ ਮੈਂ ਉਸ ਨੂੰ ਆਰਮਾਨ ਜੀ ਨਾਲ ਉੱਦ ਪਿਆਰ ਕਰਦੀ ਹਾਂ ਤੇ ਮੈਂ ਆਪਣੇ ਬੱਚਿਆਂ ਦੇ ਨਾਲ ਵੀ ਬਹੁਤ ਖੁਸ਼ ਹਾਂ